ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਅਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਬਾਈ ਕਾਲੇ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਅਤੇ ਨਾਲ ਇਹਦੇ ਜਿਹੜਾ ਭਰਾ ਤੁਸੀਂ ਹਮੇਸ਼ਾ ਵੀਡੀਓ 'ਚ ਦੇਖਦੇ ਹਾਂ ਉਹਦਾ ਨਾਮ ਬੱਬੂ ਆ। ਸੈਦੋਕੇ ਪਿੰਡ ਦੇ ਨੇੜ ਭਦੌੜ ਵੀ ਰਹਿ ਜਾਂਦਾ। ਬਹੁਤ ਸਾਰੀਆਂ ਵੀਡੀਓ ਬਣਾਈਆਂ ਹੈ, ਹੁਣ ਕੁਛ ਇੱਦਾਂ ਦਾ ਕਨਸੈਪਟ ਹੈ ਵੀ ਤੁਹਾਨੂੰ 5 ਤੋਂ 7 ਨਾਗ ਦਿਖਾਈ ਦੇ ਹੈ, ਪਰ ਹਮੇਸ਼ਾ ਦੀ ਤਰ੍ਹਾਂ ਪਸ਼ੂ ਇੱਥੇ ਟੋਪ ਕੁਆਲਿਟੀ ਦਾ ਹੀ ਮਿਲਦਾ। ਬਰੀਡ ਦੀ ਜੇ ਤੁਸੀਂ ਜੇ ਕੋਈ ਵੀਰ ਮਾਹਰ ਹੈ ਜੱਜਮੈਂਟ ਕਰਦਾ ਤਾਂ ਉਹਨੂੰ ਇਹਨਾਂ ਗਾਵਾਂ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ ਵੀ ਕਿੱਦਾਂ ਦੀ ਕੁਆਲਿਟੀ ਇੱਥੇ ਤੁਹਾਨੂੰ ਵੀਡੀਓ 'ਚ ਦਿਖਾਈ ਦੀ ਹੈ। ਅੱਜ ਦੀ ਵੀਡੀਓ ਦੇ ਵਿੱਚ 2 ਸੂਈਆਂ ਸਵਾਈਆਂ ਗਾਵਾਂ ਦੱਸੋ, ਜਿਹਦੀ ਪਹਿਲੇ ਨੰਬਰ 'ਤੇ ਤੁਸੀਂ ਵਾਈਟ ਰੰਗ ਦੇ ਵਿੱਚ ਸੇਮ ਇਹਦੇ ਵਰਗੀ ਵੱਛੀ ਹੈ, ਚਿੱਟੇ ਰੰਗ ਦੀ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ। ਤਾਜ਼ੀ ਸੂਈ ਵੀ ਗਾਂ ਬੱਚੇ ਦਾ ਨਾੜੂਆ ਕੱਚਾ ਹੈ ਅਤੇ ਨਾਲ ਹੈ। ਇਹ ਤੋਂ ਬਿਨਾਂ ਸੈਂਟਰ ਦੇ ਵਿੱਚ 3 ਗਾਵਾਂ 3 ਵਹਿੜਾਂ ਜਿਹੜੀਆਂ ਉਹ ਗੱਭਣ ਖੜੀਆਂ ਅਤੇ ਲਾਸਟ ਉੱਤੇ ਫਿਰ ਜੇ ਆਪਾਂ ਇਸ ਵਹਿੜ ਨੂੰ ਦੇਖਦੇ ਹਾਂ ਤਾਂ ਇਹ ਵੀ ਤਾਜ਼ੀ ਸੂਈ ਵੀ ਹੈ ਅਤੇ ਇਹਨੇ ਵੀ ਵੱਛੀ ਨੂੰ ਜਨਮ ਦਿੱਤਾ। ਇਹਦੀ ਵੱਛੀ ਇਹਦੇ ਨਾਲ ਦੀ ਹੈ ਅਤੇ ਚਿੱਟੀ ਵਹਿੜ ਦੀ ਵੱਛੀ ਚਿੱਟੀ ਵਹਿੜ ਵਰਗੀ ਹੈ। ਸੋ ਨਗ 5 ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ, ਜਦੋਂ ਤੱਕ ਵੀਡੀਓ ਪੋਸਟ ਹੁੰਦੀ ਹੈ ਅਤੇ ਆਸ ਇਹ ਵੀ ਹੈ ਵੀ ਆਹ ਵਹਿੜ ਵੀ ਹੋ ਸਕਦਾ ਬੱਚੇ ਨੂੰ ਜਨਮ ਦੇ ਦੇ, ਕਿਉਂਕਿ ਰੁੱਖ ਜ਼ਿਆਦਾ ਲੱਗਦਾ ਹੈ ਵੀ ਸ਼ਾਇਦ ਛੇਤੀ ਬੱਚੇ ਨੂੰ ਜਨਮ ਦੇਊਗੀ। ਸੋ ਆਓ ਸ਼ੁਰੂਆਤ ਵਾਈਟ ਵਹਿੜ ਤੋਂ ਹੀ ਕਰਦੇ ਹਾਂ। ਦੱਸੋ ਉਦੋਂ ਬਾਅਦ 'ਚ ਇਹਨਾਂ ਗਾਵਾਂ ਬਾਰੇ ਹੋਰਾਂ ਬਾਰੇ ਵੀ ਗੱਲਬਾਤ ਆਪਾਂ ਕਰਾਂਗੇ। ਕਾਲੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਜੀਤ ਵੀਰ। ਕਾਲੇ ਅੱਜ ਆਪਾਂ 5 ਨਾਗ ਦਿਖਾ ਰਹੇ ਹਾਂ ਬਾਈ ਵਿਕਰੀ ਵਾਲੇ ਜੀ। ਬਾਈ ਪਹਿਲੇ ਨੰਬਰ ਤੇ ਜਿਹੜੀ ਵਾਈਟ ਰੰਗ ਦੀ ਵਹਿੜ ਆ ਬਾਈ, ਕੀ ਡਿਟੇਲ ਹੈ ਇਹਦੀ? ਇਹ ਦੂਜਾ ਸੂਆ ਜਗਜੀਤ ਵੀਰੇ, ਇਹ ਗੱਭਣ ਆਈ ਸੀ ਆਪਣੇ ਕੋਲੇ ਪਰਸੋਂ ਸੂਈ ਆ। ਠੀਕ ਹੈ। ਇਹਨੇ ਬੱਚੀ ਨੂੰ ਜਨਮ ਦਿੱਤਾ ਜੇਰ ਜੂਰ ਏ ਕਲਾਸ 28-30 ਕਿਲੋ ਤੋਂ ਇਹ ਸਟਾਰਟ ਆ। ਠੀਕ ਹੈ। ਦੁੱਧ ਤੋਂ ਮੰਨ ਕੇ ਚੱਲੋ ਘੱਟ ਤੋਂ ਘੱਟ ਵੀ ਕੈਪੈਸਿਟੀ ਰਹੀ ਇਹਦੀ 45 ਤੋਂ ਉੱਪਰ ਉੱਪਰ ਚਲੀ ਜਾਊ। ਠੀਕ ਹੈ। ਜਿਹੜੇ ਹਿਸਾਬ ਨਾਲ ਇਹਦੀ ਸਟਾਰਟਿੰਗ ਆ ਜਾਂ ਇਹਦੀ ਬਰੀਡ ਵਾਈਜ਼ ਆ, ਬਾਕੀ ਜਿਹੜਾ ਜੇ ਕੋਈ ਵੀਰ ਇਕੱਲੀ ਲੈਣਾ ਚਾਹੁੰਦਾ ਬੱਚਾ ਛੱਡਣਾ ਚਾਹੁੰਦਾ ਆਪਾਂ ਨੂੰ, ਉਹ ਆਪਾਂ ਰੇਟ ਕਰ ਲਾਂਗੇ। ਠੀਕ ਹੈ। ਕੀ ਕੀਮਤ ਰਹੂਗੀ ਇਹਦੀ? ਜਗਜੀਤ ਦਾ ਰੇਟ ਮੁੱਲ ਫੋਨ ਤੇ ਕਰ ਲਾਂਗੇ। ਠੀਕ ਹੈ, ਖੋਲੀ ਬਾਈ। ਸੋ ਦੋਸਤੋ ਇਹਦੇ ਨਾਲ ਵੱਛੀ ਹੈ ਤੇ ਬਹੁਤ ਸੋਹਣੀ ਗਾਂ ਹੈ ਆਪ। 7 ਵਜੇ ਦੀ ਜਗਜੀਤ ਇਹਦੀ ਚਵਾਈ ਹੋਈ ਵੀ ਹੈ, ਇੱਕ ਧਾਰ ਦਾ ਤਵਕਾ ਵੀ ਨਹੀਂ ਹੋਣਾ ਇਹਦੇ ਨੀਚੇ ਨੂੰ। ਠੀਕ ਹੈ, ਛੱਡਿਆ ਵਾ। ਠੀਕ ਹੈ। ਆਹ ਵੇਖੋ ਮਿਲਕ ਵੇਨ ਸੇ ਕੱਢਣ ਲੱਗ ਗਈ, ਆਪਦੇ ਅਡਰ ਨੂੰ ਡਿਜ਼ਾਈਨ ਦੇਣ ਲੱਗ ਗਈ, ਭਲਾ ਭਲਾ ਸਹੀ ਹੈ ਪਹਿਲਾਂ। ਇੱਕ ਤੁਹਾਨੂੰ ਪਤਾ ਕੇਰਾਂ ਤਾਜ਼ਾ ਸੂਕੇ ਜਾਨਵਰ ਨਾ ਦੱਖ ਨਹੀਂ ਦਿੰਦਾ, 10-8 ਦਿਨਾਂ ਬਾਅਦ ਫੇਰ ਟੌਰ ਆਉਂਦੀ ਹੈ। ਹਜੇ ਇਹ ਵੀ ਲੱਗਦਾ ਵੀ ਜਿਵੇਂ ਕਾਲੇ ਨੇ ਪੂਰਾ ਪੱਠਾ ਨੀਰਾ ਜਿਹੜਾ ਪੱਠੇ ਨੀਰੇ ਬਾਈ, ਇਹਨੂੰ ਸਾਇਲੇਜ ਹਜੇ ਪਾਇਆ ਨਹੀਂ, ਕੱਲੇ ਦੂਜੇ ਆਹੀ ਆ ਬਸ ਤੂੜੀ ਫਰੇ ਤੇ ਹੀ। ਅੱਛਾ, ਠੀਕ ਹੈ। ਰਿਕਾਰਡ ਨਾ ਹੋ ਜੇ ਕੰਮ। ਠੀਕ ਹੈ। ਬਹੁਤ ਸੋਹਣੀ ਗਾਂ, ਘੱਟ ਖਾ ਲੇ ਬਾਈ ਉਹ ਕੋਈ ਗੱਲ ਨੀ ਆਪਾਂ ਨੂੰ, ਬਸ ਜਦੋਂ ਕਈ ਵਾਰੀ ਪਸ਼ੂ ਜ਼ਿਆਦਾ ਜੂਦਾ ਖਾ ਜੇ ਨਾ ਫਿਰ ਚੋਕ ਹੋ ਜਾਂਦਾ। ਸਹੀ ਹੈ, ਸ਼ੁਰੂ ਚ ਰਿਲੈਕਸ ਜਿਹਾ ਹੀ ਰੱਖਣਾ ਚਾਹੀਦਾ, ਬਸ ਨਾਰਮਲ ਆ। ਵੇਖ ਲਓ ਤੁਸੀਂ ਮੂਹਰੇ ਪੱਤੇ ਇਹਦੇ, ਕੋਈ ਕਿਲੋ ਵੀ ਦਾਣਾ ਨਹੀਂ ਪਾਉਂਦੇ ਹਜੇ ਆਪਾਂ ਨੂੰ। ਠੀਕ ਹੈ। ਤੋ ਸ਼ੁਰੂਆਤ ਬੜੇ ਚੰਗੇ ਦੁੱਧ ਤੋਂ ਕੀਤੀ ਹੈ ਦੋਸਤੋ, ਤੇ ਦੁੱਧ ਦੀ ਆਸ ਬੜੇ ਚੰਗੇ ਦੀ ਹੈ ਇਹਦੇ ਤੋਂ। ਬਰੀਡ ਕੁਆਲਿਟੀ ਦੇਖ ਲਓ, ਮਿਲਕ ਵੇਨ ਉਰਲੇ ਪਾਸੇ ਦੇਖ ਸਕਦੇ ਹੋ, ਨਾੜਾਂ ਸਾਰੇ ਹਵਾਨੇ ਤੇ ਦਿਸਣਗੀਆਂ। ਬਿਊਟੀ ਵੀ ਨਾਲ ਦੇਖੋ, ਵਾਈਟ ਰੰਗ ਦੀ ਇਹ ਵੈੜ ਬੜੀ ਸੋਹਣੀ ਲੱਗਦੀ ਹੈ। ਲੈ ਚੱਲੀ ਬਾਈ, ਹੱਥੀਂ ਚਵਾਈ ਵਾਲਾ ਥਣ, ਪਰ ਇਹਦੀ ਕੁਆਲਿਟੀ ਇੱਦਾਂ ਦੀ ਹੈ ਬਿਨਾਂ ਸ਼ੱਕ ਕੇ ਚੰਗੀ ਸਾਂਭ ਸੰਭਾਲ ਵਾਲੇ ਵੀਰ ਦੀ ਕੰਮ ਦੀ ਗਾਂ ਹੈ। ਜਿਹੜਾ ਵੀਰ ਫਾਰਮ ਤੇ ਕੰਮ ਕਰਦਾ ਹੈ ਉਹਦੇ ਵਾਸਤੇ ਨਗੀਨਾ ਹੀ ਹੈ। ਇਹਦੀ ਵੱਛੀ ਵੀ ਬੜੀ ਸੋਹਣੀ ਹੈ, ਤੁਹਾਨੂੰ ਵੱਛੀ ਇਹਦੀ ਦਿਖਾ ਦੂੰਗਾ। ਵੈਸੇ ਅਗਾੜੀ ਮਿਲਕ ਵੇਨਸ ਬਾਈ ਕੱਢਣ ਲੱਗ ਗਈ ਤੇ ਹਜੇ ਸਵੈਲਿੰਗ ਥੋੜੀ ਥੋੜੀ ਹੈਗੀ ਆ ਅਡਰ ਦੇ ਉੱਪਰ। ਆ ਵੇਖੋ ਨਹੀਂ ਤਾਂ ਕੱਲੀ ਕੱਲੀ ਵੇਨਸ ਜਦੋਂ ਨੇ ਆਪਦੇ ਪੀਕ ਤੇ ਆ ਗਈ ਉਦੋਂ ਇਹਨੇ ਦੱਸਣਾ ਵੀ ਮੈਂ ਕੀ ਚੀਜ਼ ਆ। ਸਹੀ। ਆ ਜਿੰਨਾ ਅਡਰ ਦਾ ਹੁਣ ਡਿਜ਼ਾਈਨ ਹੈ ਇਹ ਤੋਂ ਦੁੱਗਣਾ ਹੋਰ ਹੋਊਗਾ। ਠੀਕ ਹੈ। ਜਦੋਂ ਇਹ ਆਪਦੇ ਟਾਈਮ ਤੇ ਆ ਕੇ ਇਹਦੀ ਵੱਛੀ ਫੇਰ ਦਿਖਾ ਦਿਆਂ, ਕਿਉਂਕਿ ਕੀਮਤ ਤੁਸੀਂ ਗਾਂ ਤੇ ਬੇਸ਼ੱਕ ਲਾਉਣੀ ਹੈ ਪਰ ਇਹਦੀ ਕਦਰ ਜ਼ਰੂਰ ਪੈਣੀ ਹੈ। ਤੁਸੀਂ ਵੱਛੀ ਦੇਖੋ, ਬੜੀ ਜ਼ਬਰਦਸਤ ਵੱਛੀ ਨੂੰ ਇਹਨੇ ਜਨਮ ਦਿੱਤਾ। ਇਸ ਸਾਈਡ ਤੋਂ ਵੀ ਹਵਾਨਾ ਦੇਖ ਲਓ ਇਹਦਾ।
ਇਹਦੋਂ ਅੱਗੇ ਇੱਕ ਡਾਇਮੰਡ ਪੀਸ ਸੀ ਇਹ ਆ ਦੱਸੋ। ਇਹ ਜਗਜੀਤ ਆਪਾਂ ਫੇਰ ਵਿਖਾਵਾਂਗੇ ਜੇ ਵੇਚਣ ਦਾ ਮਨ ਬਣਿਆ, 100% ਰਾਦਾ ਨਹੀਂ ਹੈਗਾ। ਠੀਕ ਹੈ, ਵੈਸੇ ਉਹ ਕਹਿੰਦਾ ਮਸੂ ਅਸੂਰੀ ਹੈ ਇਹ ਜਗਜੀਤ, ਦੁੱਧ ਦੰਦ ਆ ਜੇ। ਅੱਛਾ ਦੁੱਧ ਦੰਦ ਹੈ, ਦੁੱਧ ਦੰਦ ਆ। ਠੀਕ ਹੈ, ਇਹ ਸਟੋਇਕ ਦੇ ਸੀਮਨ ਦੀ ਹੈ ਖੁਦ ਅਪ ਸਟੇਟ ਦੀ, ਇਹਦੀ ਮਾਂ ਜੇਲ੍ਹ ਨਾਲ ਵਰਲਡਵਾਈਡ ਦੇ ਸਾਇਰ ਨਾਲ ਪ੍ਰੈਗਨੈਂਟ, ਸੋਰੀ CRI ਦੇ ਨਾਲ ਪ੍ਰੈਗਨੈਂਟ ਆ। ਠੀਕ ਹੈ, ਸੋ ਦੱਸੋ ਇਹਦਾ ਵੈਸੇ ਪੀੜ੍ਹੀਆਂ ਦਾ ਰਿਕਾਰਡ ਆ ਬਾਈ ਕੋਲ, ਆਪਾਂ ਇਹਦੇ ਬਾਰੇ ਫੇਰ ਹੀ ਗੱਲ ਕਰਾਂਗੇ ਕਿਉਂਕਿ ਅੱਜ ਜੇ 100% ਵੇਚੀ ਤਾਂ ਆਪਾਂ ਅਗਲੀ ਵੀਡੀਓ ਬਣਾ ਕੇ ਹੀ ਵੇਚਾਂਗੇ। ਠੀਕ ਹੈ, ਫਿਰ ਪਤਾ ਲੱਗ ਜਾਂਦਾ ਬਾਈ ਬਰੀਡ ਚੀਜ਼ ਕੀ ਹੈ, ਕਿੰਨੀ ਕੁ ਤਿਆਰ ਹੁੰਦੀ ਹੈ। ਸੋ ਵੈਸੇ ਹੋ ਸਕਦਾ ਵੀ ਇਹ ਜਿਹੜਾ ਫਾਰਮ ਬਾਈ ਤਿਆਰ ਕਰ ਰਿਹਾ, ਐ ਹੁਣ ਵੇਖੋ ਮੈਂ ਅਗਲਾ ਕਹਿ ਦਿੰਦਾ ਖੀਰੀ ਦੇ ਬਰਾਬਰ ਬੰਦਾ ਨਹੀਂ। ਠੀਕ ਹੈ, ਸਹੀ ਹੈ, ਸੋ ਦੱਸੋ ਖੀਰੀ ਬੱਚੀ, ਇਹ ਤੋਂ ਬਾਅਦ ਚ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ, ਕਿਹਨਵਾਂ ਸੂਆ ਇਹ ਦੋ ਅਗਲੇ ਸੂਆ ਜਗਜੀਤ, ਇਹ ਦੂਜਾ ਸੂਆ ਜਗਜੀਤ ਵੀਰੇ, ਇਹ ਦਲਜੀਤ ਪ੍ਰਧਾਨ ਦਾ ਨਾ ਬੁੱਲ ਦਿੱਤਾ ਸੀ ਉਹਨਾਂ ਨੇ ਵੇਰਕਾਲਿਆਂ ਨੂੰ, 217 ਨੰਬਰ। ਠੀਕ ਹੈ, ਇਹ ਉਹਦੀ ਆਪ ਆ ਮਾਂ ਇਹਦੀ ਜੈਲਨ ਦੀ ਆ, ਸਰਕਾਰੀ IM ਟੀਕਾ ਸੀ, ਨਾਨੀ ਇਹਦੀ ਹੈਗੀ ਆ 1852 ਬੇਰਕਾ ਦੀ, ਪ੍ਰੈਗਨੈਂਟ ਹੈ ਜਮਾਸਕਾ ਨਾ। ਇਹ ਜਿਹਤੋਂ ਆਪਾਂ ਮੇਲੇ ਵਾਲੀ ਬੱਚੀ ਲਈ ਸੀ ਨਾ ਮੁੰਡਾ, ਉਹ ਆਪਣਾ ਮਿੱਤਰ ਚਿੱਟੀ, ਇਹ ਤੇ ਉਹ ਦੋਨੇ ਉਸੇ ਘਰ ਦੀਆਂ। ਇਹਨੇ 44-45 ਕਿਲੋ ਦੁੱਧ ਦਿੱਤਾ, ਜਾਣੀ ਨਾਰਮਲ 50 ਕਿਲੋ ਤੋਂ ਉੱਪਰ ਉੱਪਰ ਦੁੱਧ ਦੇਣਾ ਇਹਨੇ। 20-18 ਦਿਨ ਇਹਦੇ ਜਗਜੀਤ ਪਿਆ। ਠੀਕ ਹੈ, ਰੇਟ ਬਾਈ ਇਹਦਾ ਦੱਸਾਂ? ਜਗਜੀਤ ਰੇਟ ਇਹਦਾ ਕੋਈ ਗੱਲ ਨੀ, ਆਪਾਂ ਫੋਨ ਤੇ ਇਹਨਾਂ ਦਾ ਕਰ ਲਾਂਗੇ। ਠੀਕ ਹੈ, ਰੇਟ ਕੋਈ ਆਪਾਂ ਨਜਾਇਜ਼ ਨੀ ਮੰਗ ਰਹੇ, ਬਰਾਬਰ ਦੇ ਜੈਨੂਅਲ ਹੀ ਪ੍ਰਾਈਜ਼ ਹੋਣਗੇ ਬਸ ਜਿਹੜੇ ਲੈਣ ਦੇਣ ਵਾਲੇ। ਠੀਕ ਹੈ, ਖੋਲੀ ਬੱਬੂ। ਸੋ ਦੱਸੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਦੂਜਾ ਸੂਆ, ਡਿਟੇਲ ਸਾਰੀ ਬਾਈ ਨੇ ਬੋਲਤੀ ਆ, ਤੁਸੀਂ ਰਿਪੀਟ ਕਰ ਲਿਓ ਜੇ, ਸੁਣ ਲਿਓ ਜੇ। ਦੁੱਧ ਦਾ ਬੜਾ ਚੰਗਾ ਰਿਕਾਰਡ ਇਹਦਾ, ਸ਼ਾਦੀ ਦੇ ਨਾ ਬੇਟਾ ਨਾ ਨਾ। ਸੋ ਇਹ ਖੁੱਲੀਆਂ ਹੀ ਫਿਰਦੀਆਂ ਆਉਂਦੀਆਂ ਦੱਸੋ, ਤੇ ਮਿਲਕ ਵੇਨਸ ਦੋਨੇ ਪਾਸੇ ਧਿਆਨ ਮਾਰ ਕੇ ਦੇਖਿਓ, ਬਾਡੀ ਸਟਰਕਚਰ ਬਰੀਡ ਵਾਈਜ਼, ਯਾਨੀ ਜਿਹੜਾ ਵੀ ਵੀਰਾ ਲੈ ਕੇ ਜਾਊਗਾ ਜਗਜੀਤ, ਇਹ ਨਹੀਂ ਕਹਿ ਸਕਦਾ ਵੀ ਉਹਨੂੰ ਕੋਈ ਬਰੀਡ ਵਾਈਜ਼ ਕੰਪਰੋਮਾਈਜ਼ ਕਰਨਾ ਪਊ। ਠੀਕ ਹੈ, ਪੁੱਤਰ ਉੱਪਰ ਲਵੇੜ ਦੇ, ਢਾਂਚਾ ਦੇਖੋ ਦੱਸੋ ਇਹ, ਇੱਧਰ ਦੀ ਆ ਜਾਓ, ਇੱਧਰ ਦੀ ਕੈਮਰਾ ਮਾਰ ਕੇ ਵੇਖਿਓ, ਹਜੇ ਕੱਚੀ ਗਾਂ ਦਾ ਤੇ ਤਿਆਰ ਗਾਂ ਦਾ ਤੁਹਾਨੂੰ ਪਤਾ ਜ਼ਮੀਨ ਅਸਮਾਨ ਦਾ ਵੱਟਾ ਵਾ, ਜਦੋਂ ਇਹਨੇ ਤਿਆਰੀ ਤੇ ਆਉਣਾ। ਚੱਲ ਬੇਟਾ, ਚਲੋ ਪੁੱਤਰ, ਚੱਲ ਮੇਰਾ ਪੁੱਤ, ਚੱਲ। ਬਹੁਤ ਸੋਹਣੀ ਗਾਂ ਦੱਸੋ ਇਹ, ਹਜੇ ਕੱਚੀ ਹੈ, ਫੁੱਲ ਹਾਈਟ ਲੈਂਥ ਦੀ, ਹਵਾਨਾ ਜਿਹੜਾ ਉਹ ਗੁੰਦਿਆ ਪਿਆ ਨਾੜਾਂ ਦੇ ਨਾਲ, ਹਾਲਾਂਕਿ ਹਜੇ ਦੁੱਧ ਲਾਉਣਾ ਹੀ ਸ਼ੁਰੂ ਕੀਤਾ। ਆਰਡਰ ਦੀ ਬਣਾਵਟ ਜਿਹੜੀ ਉਹ ਖੁੱਚਾਂ ਤੋਂ ਉੱਤੇ ਹੀ ਰੱਖੂਗੀ ਅਤੇ ਰੱਖੂਗੀ, ਫਿਕਸ ਜਾਂ ਵੱਡਾ ਹਵਾਨਾ ਹੋਊਗਾ ਵੈਸੇ, ਕਿਉਂਕਿ ਦੁੱਧ ਚੰਗੇ ਦੀ ਇਹਦੇ ਤੋਂ ਆਸ ਹੈ। ਤੁਸੀਂ ਇਹਦੀ ਲੰਬਾਈ ਦੇਖ ਸਕਦੇ ਹੋ, ਬਾਕੀ ਤੁਰੀ ਫਿਰਦੀ ਵੈੜ ਦਾ ਸਟਰਕਚਰ ਕਲੀਅਰ ਦਿਸਦਾ। ਇਹ ਤੋਂ ਅੱਗੇ ਦੱਸੋ ਇੱਕ ਵੈੜ ਬਾਰੇ ਮੈਂ ਗੱਲ ਕੀਤੀ ਸੀ, ਇਹ ਸੂਨ ਦੀਆਂ ਤਿਆਰੀਆਂ ਜਿਹੀਆਂ 'ਚ ਲੱਗਦੀ ਹੈ ਬਾਈ, ਕਿਹਨਵਾਂ ਸੂਆ ਸੂ ਰਹੀ ਜਗਜੀਤ? ਦੁੱਧ ਦੰਦ ਇਹਨੇ ਇੱਕ ਦੰਦ ਚੁੱਕਿਆ, ਇਹ ਉਸੇ ਫਾਰਮ ਦੀ ਹੈ ਸੇਮ, ਇਹ ETT ਬੁੱਲ ਇੰਜਨ ਦਾ 14,000 ਪਲੱਸ ਦਾ ਰਿਕਾਰਡ ਹੈ ਇਹਦਾ। ਠੀਕ ਹੈ, ਮਾਂ ਇਹਦੀ ਵਰਲਡ ਵਰਥ ਦੀ ਹੈ AVS ਦੀ, ਨਾਨੀ ਇਹਦੀ ਸਟਾਜਰਨ ਦੀ AVS ਦੀ, ਤੇ ਜਮਾਸਕਾ ਨਾਲ ਹੀ ਇਹ ਪ੍ਰੈਗਨੈਂਟ ਹੈ ਜਗਜੀਤ। ਠੀਕ ਹੈ, ਇਹ ਖੁੱਲਾ ਡੁੱਲਾ 40 ਕਿਲੋ ਤੋਂ ਨਾਰਮਲ 40 ਕਿਲੋ ਦੁੱਧ ਦੇਣਾ ਇਹਨੇ ਜਗਜੀਤ, ਇਹਦੀ ਬੋਡੀ ਇਹਨੂੰ ਛੱਡ ਹੀ ਦਿਓ, ਲਾ ਦੇ ਗਲ ਚੋਂ, ਦਲ 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 ਚੋਂ ਕਰ। ਦੱਸੋ ਇਹ ਡਿਟੇਲ ਜਿਹੜੀ ਭੇਜੀ ਹੈ ਤੁਸੀਂ, ਕਈ ਵਾਰ ਕੋਈ ਨਾਮ ਬੋਲਣ 'ਚ ਗਲਤੀ ਲੱਗ ਗਈ ਹੋਵੇ ਤਾਂ ਤੁਸੀਂ ਰੀਡ ਕਰ ਲਓ, 137 ਨੰਬਰ ਟੈਗ ਹੈ ਇਸ ਗਾਂ ਦਾ, ਇੰਜਨ ETT ਬੁੱਲ 14,000 ਪਲੱਸ ਰਿਕਾਰਡ ਆ, ਮਾਂ ਇਹਦੀ ਵਰਲਡ ਵਰਥ ਦੀ AVS ਦੀ, ਨਾਨੀ ਇਹਦੀ ਸਟਾਜਰਸ ਦੀ ਆ, ਉਹ ਵੀ AVS ਦਾ ਸੀਮਨ ਆ, ਜਮਾਸਕਾ ਨਾਲ ਹੀ ਪ੍ਰੈਗਨੈਂਟ ਆ ਸੀਮੈਂਟਸ। ਠੀਕ ਹੈ, ਚੱਲ ਬੇਟਾ। ਸੋ ਇਹ ਵੈੜ ਤੁਹਾਨੂੰ ਦਿਖਾਉਣੇ ਆ ਦੱਸੋ, ਕਦੇ ਇਹ ਲੱਗਦਾ ਵੀ ਸ਼ਾਇਦ ਬਸ ਦੇ ਹੀ ਦੇਣਾ ਨੇ ਬੱਚਾ ਜਗਜੀਤ, ਘੰਟੇ ਹੋਣੀ ਲੱਗੀ ਹੈ ਕਾਰਨ, 2-3 ਘੰਟੇ ਤੱਕ ਇਹਨੇ ਬੱਚਾ ਦੇ ਦੇਣਾ। ਠੀਕ ਹੈ, ਜਮਾਸਕਾ ਨਾਲ ਹੀ ਪ੍ਰੈਗਨੈਂਟ ਆ। ਸੋ ਦੇਖੋ ਇਹਦਾ ਢਾਂਚਾ ਦੱਸੋ, ਇਹ ਹੁਣ ਇਸ ਟਾਈਮ
ਇਹਦੇ ਦਰਦ ਹੋ ਰਿਹਾ, ਇਹਦੇ ਬੱਚੇ ਨੂੰ ਜਨਮ ਦੇਣਾ। ਫੁੱਲ ਹਾਈਟ ਲੈਂਥ ਸਟਰਕਚਰ ਹੁਣ ਵੇਖੋ ਬਾਈ, ਵੱਡੀਆਂ ਗਾਈਆਂ ਦੇ ਵਿੱਚ ਖੜ ਗਈ, ਫਿਰ ਪਤਾ ਲੱਗਦਾ ਕਦ। ਸੋ ਦੱਸੋ ਫੁੱਲ ਹੈਵੀ ਵੇਟ ਦੀ ਇਹ ਵੈਡ ਹੈ, ਇਹਦਾ ਵੀ ਲੱਗ। ਸੋ ਇਹ ਦੱਸੋ ਜਿਹੜੇ ਨਾਗ ਦੋ ਵਕਾਊ ਆ ਉਹ ਤੁਹਾਨੂੰ ਦਿਖਾਤੇ, ਇਹਨਾਂ ਤੋਂ ਇਲਾਵਾ ਤੀਜੀ ਵੈਡ ਵੀ ਬਾਹਰ ਹੀ ਛੱਡਤੀ ਹੈ, ਕਿਉਂਕਿ ਖੁੱਲੀਆਂ ਫਿਰਦੀਆਂ ਆਈਆਂ। ਵੱਧੀਆਂ ਤਾਂ ਸਿਰਫ ਇਹ ਵੀਡੀਓ ਬਣਾਉਣ ਵਾਸਤੇ ਸੀ, ਵੈੜਾਂ ਤੁਸੀਂ ਇਹ ਦੇਖ ਸਕਦੇ ਹੋ ਬੜੀਆਂ ਟੌਪ ਕੁਆਲਿਟੀ ਦੀਆਂ ਇਸ ਟਾਈਮ ਵਿਕਰੀ ਵਾਸਤੇ ਮੌਜੂਦ ਹੈ ਕਾਲੇ ਬਾਈ ਦੇ ਘਰੇ। ਇੱਕ ਤੁਹਾਨੂੰ ਲਾਸਟ 'ਤੇ ਵੈੜ ਦਿਖਾ ਦਈਏ ਕਾਲੇ, ਜਿਹੜੀ ਇਹ ਆਪਾਂ ਲਾਸਟ ਉੱਤੇ ਵੈੜ ਦਿਖਾ ਰਹੇ ਹਾਂ ਬਾਈ, ਕਿਨਵਾ ਸੂਆ ਇਹ ਦੂਜਾ ਸੂਆ ਜਗਜੀਤ, ਇਹ 40-120 ਦੀ ਖੌਦਾ ਮੋਂਟਰੀ ਵਾਲੇ ਦੇ ਲੱਗਿਆ ਸੀਗਾ ਬਾਈ, ਉਹਦੀ ਇਹਨੇ ਵੱਛੀ ਦਿੱਤੀ ਆ, ਰਾਤ ਇਹਨੇ ਕਾਵਿੰਗ ਕੀਤੀ ਹੈ, ਜੇਰ ਜੂ ਇੱਕ ਦਲਾਸਾ, ਸਵੇਰਿਓਂ ਰਾਤ 5 ਕਿਲੋ ਚੋਇਆ, ਸਵੇਰਿਓਂ 7.5-7 ਕਿਲੋ ਦੇਰਾ ਚੋਇਆ, ਯਾਨੀ ਸਾਫ਼ ਸਾਰੀ ਕੀਤੀ ਦੀ। ਠੀਕ ਹੈ, ਖੋਲੀ ਬੱਬੂ ਨੂੰ। ਸੋ ਦੱਸੋ ਦੂਜਾ ਸੂਆ ਵੱਛੀ ਨੂੰ ਇਹਨੇ ਜਨਮ ਦਿੱਤਾ, ਸੋਹਣੀ ਵੱਛੀ ਨੂੰ ਜਨਮ ਦਿੱਤਾ, ਤੇ ਇਹਦੀ ਵੀ ਅਗਾੜੀ ਨੋਟ ਕਰਿਓ, ਬੜਾ ਚੰਗਾ ਦੁੱਧ ਦੇਣਾ ਇਹਨੇ, ਇਹਦਾ ਆਰਡਰ ਦੱਸਦਾ ਇਹਦੀ ਬਣਾਵਟ। ਬਾਬੇ ਦੀ ਮਿਹਰ ਚਾਹੀਦੀ ਹੈ ਜਗਜੀਤ, ਆਪਾਂ ਤੋਂ ਲਿਖ ਕੇ ਲੈ ਲਏ 45 ਕਿਲੋ ਤੋਂ ਉੱਪਰ ਉੱਪਰ ਦੁੱਧ ਦੇਣਾ ਇਹਨੂੰ। ਠੀਕ ਹੈ, ਸੋ ਹੁਣ ਤੁਸੀਂ ਇਹ ਤੁਰਦੀ ਅਜੇ ਤਾਂ ਤੁਸੀਂ ਸਿਆਣੇ ਹੋ ਕਿ ਨਾ ਜੇਪੇ ਜਾਂ ਜਾਨਵਰ ਦੱਖ ਉਵੇਂ ਦਿੰਦਾ ਨੀ। ਸਹੀ ਹੈ, ਚੱਲ ਬੇਟਾ ਚੱਲ ਚੱਲ ਮੇਰੇ ਕੱਪੜਿਆਂ ਚ, ਉਹ ਤੁਸੀਂ ਉੱਤੋਂ ਦੇਖ ਲਓ, ਉੱਪਰ ਤਿਆਰੀ ਦੇਖੋ ਬੈਠ ਦੀ, ਉਹ ਬੜਾ ਸੋਹਣਾ ਢਾਂਚਾ ਦੱਸੋ ਇਸ ਗਾਂ ਦਾ ਦਿਸਦਾ ਹੈ। ਦੂਜਾ ਸੂਆ ਸੂਈ ਹੈ ਦੇਖੋ, ਬਣਾਵਟ ਇਹਦੇ ਹਵਾਨੇ ਦੀ, ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਹਵਾਨਾ, ਚੰਗੇ ਸਾਈਜ਼ ਦਾ। ਸੋ ਫਿਰ ਦੇਖਦੇ ਹਾਂ, ਇਹਦੇ ਨੂੰ ਅੰਦਰ ਨੂੰ ਮੋੜ ਲਾ, ਭਾਵੇਂ ਵੱਛੀ ਖੋਲ ਲੈ ਚਾ। ਸੋ ਇਹ ਵੀ ਦੱਸੋ ਟੌਪ ਦੀ ਇਹ ਵੈਡ ਜਿਹੜੀ ਵਿਕਰੀ ਵਾਸਤੇ ਮੌਜੂਦ ਆ, ਸੂਈ ਸਵਾਈ ਦੋ ਨਾਗ ਖਾਸ ਮੈਨੂੰ ਇਹ ਲੱਗਾ ਵੀ ਦੋਨੇ ਕੀਮਤ ਦਾ ਤੁਸੀਂ ਪਤਾ ਕਰੋਗੇ ਬਾਈ ਕੀ ਡਿਮਾਂਡ ਰੱਖਦਾ, ਕਿਉਂਕਿ ਚੰਗੀਆਂ ਗਾਵਾਂ ਚੰਗੇ ਮੁੱਲ ਨਾਲ ਹੀ ਮਿਲਣੀਆਂ। ਪਰ ਇਹਨਾਂ ਨਾਲ ਫਾਇਦਾ ਆ ਵੀ ਦੋਨਾਂ ਨਾਲ ਹੀ ਵੱਛੀਆਂ ਆ ਗਈਆਂ, ਵੱਛੀਆਂ 1.5 ਸਾਲ ਦੇ ਵਿੱਚ ਦੀ ਵੱਛੀ ਜਿਹੜੀ ਉਹ ਸੂ ਪੈਣੀ ਹੁੰਦੀ ਹੈ ਚੰਗੀ ਸੰਭਾਲਣ ਨਾਲ। ਨਾਲੇ ਜਗਜੀਤ ਵੀਰੇ ਜਿਹੜਾ ਇਹ ਜਾਨਵਰ ਦਿੱਤੇ ਆ ਨਾ, ਉਹਨੇ ਵੀ ਨਾਲੇ ਇਹਨੇ ਵੀ ਇਹ ਇਹ ਕਲਾਸ ਆ, ਨੌਵੀਂ ਦਸਵੀਂ ਜਨਰੇਸ਼ਨ ਦੇ ਆ। ਤੁਸੀਂ ਐਂ ਮੰਨ ਕੇ ਚੱਲੋ, ਇਹ ਸੀਮਨ ਤਿਆਰ ਕਰਨੇ ਆਪਾਂ ਨੂੰ ਤਿਆਰ ਕਰੇ ਕਿਰਾਏ ਮਿਲਦੇ ਆ, ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਸਹੀ, ਸੋ ਇਹ ਦੱਸੋ ਅੱਜ ਦੀ ਵੀਡੀਓ ਸੀਗੀ ਜਿਹਦੇ 'ਚ ਤੁਹਾਨੂੰ ਇਹ ਨਗ ਦਿਖਾਉਣੇ ਸੀ। ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ, ਪਸ਼ੂ ਜਿਹੜਾ ਜੱਚਦਾ ਉਹਦੀ ਤੁਸੀਂ ਤਸੱਲੀ ਆ ਕੇ ਕਰ ਸਕਦੇ ਹੋ। ਧੰਨਵਾਦ।